ਸਤ ਸ੍ਰੀ ਅਕਾਲ ਦੋਸਤੋ ਅੱਜਕਲ ਸੋਸ਼ਲ ਮੀਡੀਆ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ ਹੈ ਜਿੱਥੇ ਕਾਫੀ ਕਪਲਸ ਜੋ ਕਿ ਬਲੌਗਰ ਹਨ ਉਹਨਾਂ ਦਾ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਿਰੋਧ ਹੋ ਰਿਹਾ ਕਿਉਂਕਿ ਅਸਲੀਲਤਾ ਪ੍ਰੋਚਨ ਦੇ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਹਨ ਉੱਥੇ ਕੁਝ ਅਜਹੀਆਂ ਕੁੜੀਆਂ ਵੀ ਹਨ ਜਿਹੜੀਆਂ ਲਗਾਤਾਰ ਏਸੇ ਗੱਲ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੀਆਂ ਰਹੀਆਂ ਹਨ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਉੱਪਰ ਜੇਕਰ ਕਿਸੇ ਕੁੜੀ ਦਾ ਨਾਮ ਆਉਂਦਾ ਜਿਸ ਨੂੰ ਲੋਕਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਜੋ ਕਿ ਅੰਗ ਪ੍ਰਦਰਸ਼ਨ ਕਰਕੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਿਰੋਧ ਚੱਲ ਰਹੀ ਸੀ ਉਸ ਦਾ ਨਾਮ ਹੈ ਜਸਨੀਤ ਜੋ ਕਿ ਆਪਣੇ ਊਟ ਪਟੰਗ ਬਿਆਨਾਂ ਕਰਕੇ ਵੀ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੀ ਰਹੀ ਹੈ ਤੇ ਦੋਸਤੋ ਹੁਣ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਖਰੜ ਪੁਲਿਸ ਵੱਲੋਂ ਜਸਨੀਤ ਕੌਰ ਜੋ ਕਿ ਇੰਸਟਾਗ੍ਰam ਤੇ ਕਾਫੀ ਜਿਆਦਾ ਫੇਮਸ ਵੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ ਆਉ ਤੁਹਾਨੂੰ ਪੂਰੀ ਖਬਰ ਬਲ ਲੈ ਚਲਦੇ ਹਾਂ ਉਸ ਤੋਂ ਪਹਿਲਾਂ ਵੀਡੀਓ ਦੇਖ ਰਹੇ ਨਵੇਂ ਦੋਸਤਾਂ ਨੂੰ ਜਰੂਰ ਬੇਨਤੀ ਕਰਾਂਗੇ ਕਿ ਹਰ ਇੱਕ ਤਾਜ਼ਾ ਖਬਰ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਜਰੂਰ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇੰਸਟਾਗ੍ਰam ਤੇ ਮਸ਼ਹੂਰ ਜਸਨੀਤ ਪੁਲਿਸ ਵੱਲੋਂ ਗ੍ਰਿਫਤਾਰ ਮੁੰਡਿਆਂ ਦੀ ਵੀਡੀਓ ਕਾਲ ਰਿਕਾਰਡ ਕਰ ਬਲੈਕਮੇਲ ਕਰਨ ਦਾ ਇਲਜ਼ਾਮ ਲੱਗਾ ਇਸ ਜਸਨੀਤ ਕੌਰ ਤੇ ਜਿਵੇਂ ਕਿ ਤੁਸੀਂ ਵੀ ਜਾਣਦੇ ਹੋਵੋਗੇ ਕਿ ਇਹ ਵੀ ਟ੍ਰੈਂਡ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਹਾਲਾਂਕਿ ਪਹਿਲਾਂ ਹੋਰ ਦੇਸ਼ਾਂ ਦੇ ਵਿੱਚੋਂ ਕੁੜੀਆਂ ਕੁਝ ਨੌਜਵਾਨਾਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਫਿਰ ਅਧਖੜ ਲੋਕਾਂ ਨੂੰ ਫੋਨ ਕਾਲ ਵੀਡੀਓ ਕਾਲ ਕਰਦੀਆਂ ਹਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਉਹਨਾਂ ਦੀ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਮੌਲਜਮਾਂ ਦੀ ਪਛਾਣ ਸੋਹਣਪਾਲ ਉਰਫ ਰਤਨਵੀਰ ਵਾਸੀ ਪਿੰਡ ਕੁਰਗਾਵਾਲੀ ਥਾਣਾ ਰੋਲੀ ਜ਼ਿਲ੍ਹਾ सिरसा ਹਰਿਆਣਾ ਵੱਜੋਂ ਅਤੇ ਜਸਨੀਤ ਉਰਫ ਰਾਜਵੀਰ ਕੌਰ ਜਸਨੀਤ ਉਰਫ ਰਾਜਵੀਰ ਕੌਰ ਵਾਸੀ ਪਿੰਡ ਬੁਗਰਾ ਥਾਣਾ ਧੂਰੀ ਪਿੰਡ ਸੰਗਰੂਰ ਮਾਫ ਕਰਨਾ ਪਿੰਡ ਬੁਗਰਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਵੱਜੋਂ ਹੋਈ ਹੈ ਇੰਨੀ ਦੇਣੀ ਜਸਨੀਤ ਕੌਰ ਫਲੈਟ ਨੰਬਰ 1001 ਗਿਲਕੋਪਾਰਕ ਮੁਹਾਲੀ ਵਿੱਚ ਰਹਿ ਰਹੀ ਸੀ ਦੋਵੇਂ ਮੁਲਾਜ਼ਮ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਕਿ ਇਹਨਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਵੱਲੋਂ ਦਿੱਤਾ ਗਿਆ ਅਤੇ ਇਹਨਾਂ ਤੋਂ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਮੁਲਜ਼ਮਾਂ ਨੂੰ ਖਰੜ ਪੁਲਿਸ ਨੇ ਉਸ ਸਮੇਂ ਦਬੋਚ ਲਿਆ ਜਦੋਂ ਮੁਲਜ਼ਮ ਇੱਕ ਵਪਾਰੀ ਦੇ ਨਾਲ 35 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਣ ਮਗਰੋਂ ਰਕਮ ਵਸੂਲਣ ਦੇ ਲਈ ਖਰੜਾਏ ਸਨ ਪੁਲਿਸ ਨੇ ਜਾਲ ਵਿਛਾ ਕੇ ਨੌਜਵਾਨ ਅਤੇ ਲੜਕੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਦੋਵਾਂ ਖਿਲਾਫ ਥਾਣਾ ਖਰੜ ਵਿਖੇ ਆਈਪੀਸੀ ਦੀ ਧਾਰਾ 384 506 ਅਤੇ 120ਵੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਤੇ ਇਸ ਸਮੇਂ ਪੁਲਿਸ ਰਿਮਾਂਡ ਤੇ ਹਨ ਜਿਨ੍ਹਾਂ ਕੋਲੋਂ ਕੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਕਿਉਂਕਿ ਇੱਕ ਵੱਡਾ ਗੈਂਗ ਹੋਣ ਦੀ ਉਮੀਦ ਪੁਲਿਸ ਨੂੰ ਹੈ ਕਿ ਜਿਹੜਾ ਇਸ ਤਰ੍ਹਾਂ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਵੱਡੀ ਮੋਟੀ ਰਕਮ ਉਹਨਾਂ ਤੋਂ ਜੋ ਕਿ ਵਸੂਲਦਾ ਰਿਹਾ ਹੈ ਜਿਸ ਦੇ ਕਰਕੇ ਕਿ ਆਮ ਤੌਰ ਤੇ ਤੁਹਾਡੇ ਸਾਹਮਣੇ ਵੀ ਕਾਫੀ ਬਾਰ ਦਾ ਤਨੀਆ ਖਬਰਾਂ ਆਉਂਦੀਆਂ ਰਹੀਆਂ ਹਨ ਤੁਹਾਡਾ ਕੀ ਕਹਿਣਾ ਇਸ ਮਸਲੇ ਤੇ ਜਰੂਰ ਕਮੈਂਟ ਕਰਕੇ ਦੱਸਣਾ ਤੇ ਇਸ ਖਾਸ ਖਬਰ ਦੇ ਵਿੱਚ ਫਿਲਹਾਲ ਇਹ ਨਹੀਂ ਜਿਵੇਂ ਇਸ ਵਾਰੇ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਹੈ ਸੋ ਉਸੇ ਸਮੇਂ ਤੁਹਾਡੇ ਲਈ ਲਿਮਟਡ ਗਿਆਨ ਤੇ ਲੈ ਕੇ ਹਾਜ਼ਰ ਹੋਵਾਂਗੇ ਇਸ ਲਈ ਲਗਾਤਾਰ ਚੈਨਲ ਨਾਲ ਬਨੇ ਰਹਿਣਾ ਤੇ ਸਾਨੂੰ ਇੱਥੇ ਦਿਓ ਇਜਾਜ਼ਤ ਧੰਨਵਾਦ